ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਹੱਦ ਤੱਕ ਜਾ ਰਹੇ ਹਨ ਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਆਖਿਰ ਬੋਲ ਕੀ ਰਹੇ ਹਨ ਅਤੇ ਕਿਸ ਦੇ ਖਿਲਾਫ ਬੋਲ ਰਹੇ ਹਨ। ਦਰਅਸਲ ਸਿੱਧੂ ਦੀ ਭਾਜਪਾ ਦੇ ਨਾਲ ਨਿੱਜੀ ਖੁੰਦਕ ਦਾ ਅਸਰ ਹੈ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਅਤੇ ਮੋਦੀ ਨੂੰ ਟਾਰਗੇਟ ਕਰਦੇ ਕਰਦੇ ਸਾਰੇ ਦੇਸ਼ ਨੂੰ ਹੀ ਟਾਰਗੇਟ ਕਰੀ ਫਿਰਦੇ ਹਨ। ਬਿਹਾਰ ਵਿਖੇ ਸਿੱਧੂ ਆਪਣੀਆਂ ਰੈਲੀਆਂ ਦੌਰਾਨ ਮਰਿਆਦਾ ਭੁੱਲਦੇ ਦਿਖਾਈ ਦਿੱਤੇ, ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਨੇ ਜਿੱਥੇ ਭਾਰਤ ਦੇ ਦੁਸ਼ਮਣ ਦੇਸ਼ ਚੀਨ ਦੀਆਂ ਸਿਫਤਾਂ ਕੀਤੀਆਂ, ਉੱਥੇ ਹੀ ਉਹਨਾਂ ਕਿਹਾ ਕਿ ਚੀਨ ਅਤੇ ਦੂਜੇ ਦੇਸ਼ ਸਮੁੰਦਰ ਹੇਠਾਂ ਰੇਲ ਲਾਈਨਾਂ ਜਾਂ ਫੌਜਾਂ ਬਣਾ ਰਹੇ ਹਨ ਅਤੇ ਦੂਜੇ ਪਾਸੇ ਭਾਰਤ ਚੌਕੀਦਾਰ ਬਣਾ ਰਿਹਾ ਅਤੇ ਉਹ ਵੀ ਚੋਰ ਬਣਾ ਰਿਹਾ। ਅਰੇ ਚਾਈਨਾ ਸਮੁੰਦਰ ਕੇ ਨੀਚੇ ਰੇਲ ਲਾਈਨ ਬਿਛਾ ਰਹਾ ਹੈ, ਚੀਨ ਸਮੁੰਦਰ ਕੇ ਨੀਚੇ ਰੇਲ ਲਾਈਨ ਬਿਛਾ ਰਹਾ ਹੈ, ਅਮਰੀਕਾ ਮੰਗਲ ਗ੍ਰਹਿ ਕੇ ਉੱਪਰ ਜਾ ਕੇ ਜੀਵਨ ਖੋਜ ਰਹਾ ਹੈ, ਰੂਸ ਰੋਬੋਟਿਕ ਸੈਨਾ ਬਣਾ ਰਹਾ ਹੈ ਔਰ ਇੱਕ ਭਾਰਤ ਵਰਸ਼ ਚੌਕੀਦਾਰ ਬਣਾ ਰਹਾ ਹੈ, ਉਹ ਵੀ ਸਿਰੇ ਕੇ ਚੋਰ ਬਣਾ ਰਹਾ ਹੈ। ਬਾਜ਼ਾਰ ਮੇ ਆਈਮੇ ਕੇ ਖਰੀਦਦਾਰ ਹੈ ਔਰ ਸ਼ਹਿਰ ਕੇ ਸਭ ਚੋਰ ਕਹਿ ਰਹੇ ਹੈ, ਹਮ ਵੀ ਚੌਕੀਦਾਰ ਹੈ। ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਅਜਿਹਾ ਕੀਤਾ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਬਿਹਾਰ ਵਿੱਚ ਹੀ ਸਿੱਧੂ ਨੇ ਧਰਮ ਦੇ ਨਾਂ ਤੇ ਵੋਟਾਂ ਵੀ ਮੰਗੀਆਂ, ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਗਈ ਅਤੇ ਚੋਣ ਕਮਿਸ਼ਨ ਨੇ ਵੀ ਇਸ ਦੀ ਰਿਪੋਰਟ ਮੰਗ ਲਈ ਹੈ। ਲੋੜ ਹੈ ਦੇਸ਼ ਦੇ ਸਿਆਸੀ ਆਗੂਆਂ ਨੂੰ ਇਸ ਮਰਿਆਦਾ ਦਾ ਧਿਆਨ ਰੱਖਣ ਦੀ ਕਿ ਉਹ ਆਪਣੀ ਸਿਆਸਤ ਚਮਕਾਉਣ ਲਈ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਅਤੇ ਕਿਸੇ ਨੂੰ ਚੰਗਾ ਮਾੜਾ ਕਹਿਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣ ਕਿ ਉਹਨਾਂ ਦੀ ਇਸ ਬਿਆਨਬਾਜ਼ੀ ਨਾਲ ਦੇਸ਼ ਦੇ ਅਕਸ ਨੂੰ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।